ਆਪਣੇ ਇੰਡੀਆ ਨੂੰ ਆਪਣੇ ਹੀ ਲੋਕਾਂ ਨੇ ਮਾਰਿਆ, ਪਹਿਲਾਂ ਵੀ ਇਤਿਹਾਸ ਵੀ ਆਪਾਂ ਚੱਕ ਕੇ ਦੇਖ ਲਈਏ। ਮੇਰੇ ਹਿਸਾਬ ਸੇ ਇਹ ਪੇਡ ਵਰਕਰਸ ਨਹੀਂ ਹੈ, ਇਸਕੇ ਅੰਦਰ ਵਿਰੋਧੀ ਪਾਰਟੀਆਂ ਜੋ ਹੈ ਇਸਕੇ ਅੰਦਰ ਸ਼ਾਮਿਲ ਹੋ ਰਹੀ ਹੈ। ਆਪਾਂ ਸਾਰੇ ਇੱਕ ਹੀ ਹਿੰਦੁਸਤਾਨ ਦੇ ਵਾਸੀ ਹਾਂ ਅਤੇ ਆਪਾਂ ਸਾਰੇ ਮਿਲ ਕੇ ਰਹੀਏ। ਮੈਨੂੰ ਸੋਚਿਆ ਕਿ ਹਮ ਸਿਟੀ ਹੀ ਅਗਰ ਛੋੜਦੇ ਥੋੜ੍ਹੇ ਟਾਈਮ ਕੇ ਲਈ ਤਾਂ ਬੈਟਰ ਰਹੇਗਾ। ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦਿੱਲੀ ਦੇ ਵਿੱਚ ਜਾਮੀਆ ਯੂਨੀਵਰਸਿਟੀ ਦੇ ਵਿੱਚ ਹੋਏ ਦੰਗੇ ਨੂੰ ਲੈ ਕੇ ਦਿੱਲੀ ਦੇ ਵਸਨੀਕ ਕੋਟਕਪੁਰੇ ਦੇ ਵਿੱਚ ਪਹੁੰਚੇ ਆ, ਇਹਨਾਂ ਦਾ ਪਹੁੰਚਣ ਦਾ ਇੱਥੇ ਕਿਸ ਤਰ੍ਹਾਂ ਦਾ ਰੀਜਨ ਅਸੀਂ ਗੱਲਬਾਤ ਕਰਦੇ ਹਾਂ। ਵੈਲਕਮ ਤੁਹਾਡਾ ਸਪੋਕਸਮੈਨ ਟੀਵੀ 'ਤੇ। ਥੈਂਕ ਯੂ ਸੋ ਮੱਚ। ਤੁਸੀਂ ਕਿਉਂ ਇੱਥੇ ਆਏ ਹੋ, ਇਸ ਤਰ੍ਹਾਂ ਦਾ ਤੁਹਾਨੂੰ ਕੀ ਲੱਗਿਆ ਵੀ ਤੁਸੀਂ ਦਿੱਲੀ ਨੂੰ ਛੱਡ ਕੇ ਇੱਥੇ ਆ ਗਏ ਹੋ? ਜੋ ਵੀ ਐਕਟ ਕੇ ਅਗੇਂਸਟ, ਬੀਜੇਪੀ ਐਕਟ ਕੇ ਅਗੇਂਸਟ ਇਤਨਾ ਪ੍ਰੋਟੈਸਟ ਹੋ ਰਿਹਾ ਹੈ, ਤੋ ਇਤਨੀ ਜ਼ਿਆਦਾ ਕੱਲ ਟ੍ਰੈਫਿਕ ਥਾ ਔਰ ਵਹਾਂ ਪਰ ਆਫਿਸ ਆਉਣਾ ਜਾਣਾ ਮੁਸ਼ਕਿਲ ਹੈ, 18 ਮੈਟਰੋ ਸਟੇਸ਼ਨਸ ਬੰਦ ਥੇ, ਇਤਨੀ ਮੈਟਰੋਪੋਲੀਟਨ ਸਿਟੀ ਮੇਂ ਅਗਰ ਇਹ ਪ੍ਰੋਬਲਮਸ ਕ੍ਰੀਏਟ ਹੋ ਰਹੀ ਹੈ, ਤੋ ਦੈਟ ਵਾਜ਼ ਅ ਹਿਊਜ ਡਿਫੀਕਲਟੀਜ਼ ਵਿਚ ਵੀ ਯੂਅਰ ਫੇਸਿੰਗ, ਤੋ ਇਸ ਲਈ ਸੋਚਾ ਕਿ ਚਲੋ ਕੁਛ ਬਾਹਰ ਚਲਤੇ ਹੈ ਐਂਡ ਉਹ ਜੋ ਪ੍ਰੋਟੈਸਟ ਹੋ ਰਿਹਾ ਹਮ ਸੇਫ ਫੀਲ ਕਰ ਸਕੇ, ਇਸ ਲਈ ਹਮ ਵਹਾਂ ਸੇ ਬਾਹਰ ਆਏ ਹੈ। ਤੋ ਅਭੀ ਆਪਣੇ ਆਫਿਸ ਜਾਣਾ ਕਿਤਨੀ ਦੇਰ ਸੇ ਬੰਦ ਕੀਆ ਥਾ ਇਸ ਪ੍ਰੋਟੈਸਟ ਕੋ ਲੈ ਕੇ? ਕੱਲ ਮੈਂ ਬੇਸਿਕਲੀ ਗੁੜਗਾਓਂ ਮੇਂ ਸੈਕਸ਼ਨ 144 ਥਾ, ਉਸਕੀ ਵਜ੍ਹਾ ਸੇ ਬਹੁਤ ਟ੍ਰੈਫਿਕ ਜੈਮ ਥਾ, ਜਹਾਂ ਇੱਕ ਘੰਟਾ ਲੱਗਤਾ ਹੈ ਵਹਾਂ 3-3 ਘੰਟੇ ਲਗੇ ਪਹੁੰਚਨੇ ਕੇ ਲੀਏ, ਤੋ ਹਾਫ ਆਫ ਦਾ ਵੇ ਲੋਕ ਵਾਪਸ ਆਏ ਆਪਣੇ ਘਰੋਂ ਕੇ ਲੀਏ, ਮੈਟਰੋ ਸਟੇਸ਼ਨਸ ਬੰਦ ਥੇ, ਤੋ ਲੋਕੋਂ ਕੋ ਬਹੁਤ ਮੁਸ਼ਕਿਲ ਹੋਈ, ਤੋ 2-3 ਦਿਨ ਲੱਗ ਰਹੇ ਜਬ ਲੋਕੋਂ ਕੋ ਸਪੈਸ਼ਲੀ ਗਵਰਨਮੈਂਟ ਕਹਿ ਰਹੀ ਹੈ ਕਿ ਆਪ ਆਪਣੇ ਘਰ ਸੇ ਨਾ ਨਿਕਲੇ, ਸਕੂਲਸ ਬੰਦ ਹੈ, ਅਵੋਇਡ ਕਰ ਰਹੇ ਹੈ ਕਾਲਜਿਸ ਕੇ ਲੀਏ ਵੀ, ਸੋ ਇਸ ਲਈ ਹਮਨੇ ਸੋਚਾ ਕਿ ਹਮ ਸਿਟੀ ਹੀ ਅਗਰ ਛੋੜ ਦੇ ਥੋੜ੍ਹੇ ਟਾਈਮ ਕੇ ਲੀਏ ਤੋ ਬੈਟਰ ਰਹੇਗਾ। ਤੋ ਆਪਕੋ ਐਸਾ ਨਹੀਂ ਲੱਗਤਾ ਕਿ ਆਪ ਕਹੀਂ ਮਾਰਕੀਟ ਮੇਂ ਔਰ ਸਾਈਡ ਚਲੇ ਜਾਓ ਘੁੰਮਨੇ ਕਾ, ਉਧਰ ਵੀ ਜਾ ਕੇ ਆਪਕੋ ਡਰ ਲੱਗਤਾ ਕਿਆ? ਐਕਚੁਅਲੀ ਕਿਆ ਹੈ ਕਿ ਏਰੀਆ ਕੋਈ ਵੀ ਹੋ, ਕਹੀਂ ਪਰ ਵੀ ਪ੍ਰੋਟੈਸਟ ਹੋ ਸਕਤਾ ਹੈ, ਕੁਛ ਐਸਾ ਫਿਕਸ ਨਹੀਂ ਹੈ। ਸਟਿਲ ਜੋ ਦਿੱਲੀ ਪੁਲਿਸ ਹੈ ਉਹ ਬਹੁਤ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰੋਟੈਸਟ ਨਾ ਹੋ, ਕਾਫੀ ਜਗ੍ਹਾ ਸੇ ਫੋਰਸਿਸ ਵੀ ਮੰਗਵਾਈ ਗਈ ਹੈ, ਸਟਿਲ ਅਗਰ ਹਮਾਰੇ ਪਾਸ ਆਪਸ਼ਨ ਥਾ ਇਸ ਲਈ ਹਮਨੇ ਵੋ ਅਵੇਲ ਕੀਆ ਹੈ। ਐਕਚੁਅਲੀ ਪ੍ਰੋਪਰ ਮਾਮਲਾ ਕਿਆ ਹੈ, ਕਿਉਂ ਇਤਨੀ ਭੀੜ ਕਿਉਂ ਇਕੱਠੀ ਹੋਈ ਹੈ? ਬੇਸਿਕਲੀ ਅਗਰ ਆਪ ਦੇਖੇਂਗੇ ਪ੍ਰੋਟੈਸਟ ਮੇਂ ਜੋ ਲੋਕ ਹੈ, ਹਾਫ ਆਫ ਦਾ ਜੋ ਪਬਲਿਕ ਹੈ ਉਨਕੋ ਪਤਾ ਹੀ ਨਹੀਂ ਹੈ ਕਿ ਪ੍ਰੋਟੈਸਟ ਹੋ ਕਿਉਂ ਰਹਾ ਹੈ, ਵੋ ਸਿਰਫ ਇਸ ਲਈ ਆ ਰਹੇ ਹੈ ਕਿ ਉਨਕੀ ਜੋ ਕੌਮ ਕੇ ਲੋਕ ਹੈ ਵੋ ਇਕੱਠੇ ਹੋਏ ਹੈ, ਉਨਕੀ ਕੌਮ ਕੋਈ ਖਤਰਾ ਹੈ, ਜੋ ਪਾਪੂਲੇਸ਼ਨ ਹੈ ਹਾਫ ਆਫ ਦਾ ਪਾਪੂਲੇਸ਼ਨ ਉਨਕੋ ਕੁਛ ਕਲੈਰਿਟੀ ਹੀ ਨਹੀਂ ਹੈ, ਸੋ ਅਗਰ ਉਨ੍ਹੇ ਕਲੈਰਿਟੀ ਨਹੀਂ ਹੈ ਤੋ ਅਗਰ ਹਮ ਗਵਰਨਮੈਂਟ ਸਪੈਸ਼ਲੀ ਨਿਊਜ਼ ਚੈਨਲਸ ਪਰ ਪਬਲਿਸ਼ ਕਰ ਰਹੇ ਹੈ, ਨਿਊਜ਼ ਪੇਪਰਸ ਮੇਂ ਪਬਲਿਸ਼ ਕਰ ਰਹੇ ਹੈ ਕਿ ਆਪ ਕਿਸੀ ਵੀ ਅਫਵਾਹ ਮੇਂ ਨਾ ਆਏ, ਸੋ ਜੋ ਵੀ ਐਕਟ ਹੈ ਪਹਿਲੇ ਉਸੇ ਸਮਝੇ, ਉਸਕੇ ਬਾਅਦ ਹੀ ਪ੍ਰੋਟੈਸਟ ਮੇਂ ਸ਼ਾਮਿਲ ਹੋ। ਆਪਕੋ ਲੱਗਤਾ ਹੈ ਕਿ ਕੁਛ ਜੋ ਪ੍ਰੋਟੈਸਟ ਵਹਾਂ ਕਰ ਰਹੇ ਹੈ, ਕੁਛ ਲੋਕ ਵਹਾਂ ਵੋ ਮਿਸਗਾਈਡ ਹੋ ਰਹੇ ਹੈ? ਡੈਫੀਨੇਟਲੀ ਮਿਸਗਾਈਡ ਹੋ ਰਹੇ ਹੈ, ਕਿਉਂਕਿ ਗਵਰਨਮੈਂਟ ਅਗਰ ਕੋਈ ਸਟੈਪ ਉਠਾਤੀ, ਅਗਰ ਕੋਈ ਐਕਟ ਉਹਨੇ ਇੰਪਲੀਮੈਂਟ ਕੀਆ ਹੈ, ਤੋ ਡੈਫੀਨੇਟਲੀ ਇਤਨੀ ਪਾਪੂਲੇਸ਼ਨ ਕੇ ਹੱਕ ਮੇਂ ਹੀ ਕੀਆ ਹੋਗਾ, ਤੋ ਪਹਿਲੇ ਉਸ ਐਕਟ ਕੋ ਸਮਝੇ, ਉਸਕੇ ਬਾਅਦ ਹੀ ਕਿਸੀ ਨਿਕਸ਼ ਪੇ ਪਹੁੰਚੇ, ਫਿਰ ਹੀ ਕਿਸੀ ਐਸੇ ਕਿਸੀ ਪ੍ਰੋਟੈਸਟ ਕੇ ਸਾਥ ਆਪ ਮਿਲੇ। ਜੋ ਵਹਾਂ ਪੇ ਪ੍ਰੋਟੈਸਟ ਕਰ ਰਹੇ ਹੈ ਵੋ ਆਪਕੋ ਦੇਖ ਰਹੇ ਹੈ, ਆਪ ਉਨਕੋ ਕੋਈ ਮੈਸੇਜ ਕਰਨਾ ਚਾਹ ਮੈਸੇਜ ਦੇਣਾ ਚਾਹਤੇ ਹੋ ਆਪ ਉਨਕੋ? ਕਿਸੀ ਵੀ ਗਲਤ ਫਹਿਮੀ ਕੇ ਸ਼ਿਕਾਰ ਨਾ ਹੋ, ਪਹਿਲੇ ਆਪ ਜਾਣੇ ਕਿ ਕਿਉਂ ਗਵਰਨਮੈਂਟ ਨੇ ਇਹ ਐਕਟ ਇੰਪਲੀਮੈਂਟ ਕੀਆ, ਔਰ ਸਮਝੇ ਉਸਕੋ ਐਂਡ ਗਵਰਨਮੈਂਟ ਕੇ ਸਾਥ ਪਹਿਲੇ ਦੇਖੇ ਕਿ ਵੋ ਕਿਸ ਲਈ ਕੀਆ ਗਿਆ ਹੈ, ਅਗਰ ਆਪਕੋ ਲੱਗਤਾ ਹੈ ਕਿ ਕੁਛ ਅਗੇਂਸਟ ਹੈ, ਸਟਿਲ ਆਪ ਉਸਕੀ ਪੋਲਿਸੀਜ਼ ਪੜ੍ਹੇ ਔਰ ਪ੍ਰੋਸੀਜਰਸ ਪੜ੍ਹੇ, ਉਸਕੇ ਬਾਅਦ ਹੀ ਕਿਸੀ ਰਿਜ਼ਲਟਸ ਮੇਂ ਕਿਸੀ ਪ੍ਰੋਟੈਸਟ ਮੇਂ ਪਹਿਲੀ ਵਾਰ ਤੋ ਪ੍ਰੋਟੈਸਟ ਮੇਂ ਆਉਣਾ ਹੀ ਨਹੀਂ ਚਾਹੀਏ, ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਲੋਕੋਂ ਕੋ, ਡੈਲੀ ਜੈਸੇ ਸਿਟੀ ਮੇਂ ਅਗਰ ਇਹ ਪ੍ਰੋਬਲਮ ਫੇਸ ਕਰੇਂਗੇ ਸਿਰਫ ਕੌਮ ਕੋ ਲੇਕਰ, ਵੋ ਬਹੁਤ ਗਲਤ ਹੈ, ਤੋ ਆਪ ਇੱਕ ਵਾਰ ਪਹਿਲੇ ਕਲੈਰਿਟੀ ਲਏ, ਉਸਕੇ ਬਾਅਦ ਹੀ ਕੋਈ ਰਿਜ਼ਲਟਸ ਡਿਕਲੇਅਰ ਕਰੇ। ਹਮਨੇ ਸੁਣਾ ਹੈ ਕਿ ਕੁਝ ਜੋ ਪ੍ਰੋਟੈਸਟ ਕਰ ਰਹੇ ਹੈ ਉਨਮੇਂ ਕੁਛ ਲੋਕ ਪਕੜੇ ਗਏ ਹੈ, ਜੋ ਨਾ ਸਟੂਡੈਂਟ ਹੈ ਨਾ ਕੁਛ ਹੈ, ਉਨਕੇ ਉੱਪਰ ਕਾਫੀ ਪਰਚੇ ਵੀ ਪੁਲਿਸ ਕੀ ਤਰਫ ਸੇ ਪਹਿਲੇ ਹੀ ਦਰਜ ਹੈ, ਜੋ ਭੀੜ ਕੋ ਜੋ ਹੈ ਵੋ ਮਿਸਗਾਈਡ ਕਰ ਰਹੇ ਹੈ, ਆਪਕੋ ਇਸ ਬਾਰੇ ਮੇਂ ਕੁਛ ਨੌਲੇਜ ਹੈ? ਜੋ ਦੂਸਰੀ ਪੋਲੀਟੀਸ਼ੀਅਨਸ ਪਾਰਟੀਜ਼ ਹੈ ਵੋ ਵੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਿਚੁਏਸ਼ਨ ਕਾ ਫਾਇਦਾ ਉਠਾਇਆ ਜਾਏ, ਔਰ ਐਸੇ ਐਸੇ ਲੋਕ ਹੈ ਬੀਚ ਮੇਂ ਜਿਨਕਾ ਕੋਈ ਲਿੰਕ ਨਹੀਂ ਹੈ, ਤਬ ਵੀ ਲੋਕੋਂ ਕੋ ਭੜਕਾ ਰਹੇ ਹੈ ਔਰ ਇਹ ਬੋਲ ਰਹੇ ਹੈ ਕਿ ਮੁਸਲਿਮਸ ਕੋ ਖਤਰਾ ਹੈ, ਤੋ ਸਭ ਮੁਸਲਿਮਸ ਇੱਕ ਜਗ੍ਹਾ ਮੁਸਲਿਮ ਏਰੀਆ ਮੇਂ ਇਕੱਠੇ ਹੋ ਗਏ ਹੈ, ਤੋ ਸਿਰਫ ਇੱਕ ਪਰਟੀਕੁਲਰ ਕਿਸੀ ਕੌਮ ਕੋ ਲੈ ਕੇ ਇਹ ਐਕਟ ਨਹੀਂ ਬਣਾ ਹੈ, ਪਰਟੀਕੁਲਰਲੀ ਹਰ ਇੱਕ ਕੰਬਾਈਨ ਐਕਟ ਬਣਾਇਆ ਹੈ ਜੋ ਗਵਰਨਮੈਂਟ ਨੇ ਇੰਪਲੀਮੈਂਟ ਕੀਆ ਹੈ, ਪਹਿਲੇ ਉਸੇ ਪੜ੍ਹੇ, ਉਸਕੇ ਉੱਪਰ ਕਲੈਰਿਟੀ ਲੇ, ਫਿਰ ਹੀ ਆਗੇ ਪਹੁੰਚੇ। ਸੋ ਕਿਤੇ ਨਾ ਕਿਤੇ ਇਹਨਾਂ ਦਾ ਇਹੀ ਦੱਸਣਾ ਕਿ ਜੋ ਵਿਰੋਧੀ ਧਿਰ ਦੀਆਂ ਪਾਰਟੀਆਂ ਹੈਗੀਆਂ ਉਹ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਉਹਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦੀਆਂ, ਸਾਡੇ ਨਾਲ ਹੋਰ ਵੀ ਜੁੜੇ ਆ ਇੱਥੇ। ਸਰ ਤੁਸੀਂ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ?
ਜਿਹੜਾ ਪ੍ਰੋਟੈਸਟ ਹੋਇਆ ਜੀ, ਇਹ ਬਿਲਕੁਲ ਸਾਡੀ ਨਜ਼ਰ ਦੇ, ਸਾਡੀ ਸੋਚ ਦੇ ਮੁਤਾਬਕ ਬਿਲਕੁਲ ਗਲਤ ਆ। ਇਹ ਪ੍ਰੋਟੈਸਟ ਹੋਣਾ ਨਹੀਂ ਚਾਹੀਦਾ ਸੀ, ਕਿਉਂਕਿ ਦੇਖੋ ਗੌਰਮੈਂਟ ਨੇ ਜੋ ਵੀ ਬਿੱਲ ਲਾਗੂ ਕੀਤਾ ਉਹ ਬਹੁਤ ਹੀ ਸੋਚ ਸਮਝ ਕੇ ਉਹਨੂੰ ਅੱਛੀ ਤਰ੍ਹਾਂ ਪੜ੍ਹ ਕੇ, ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਜਿਹੜੇ ਵੀ ਮਸਲੇ ਲਟਕਾਏ ਆ ਉਹ ਇਹ ਸਰਕਾਰ ਜਿਹੜੀ ਹੱਲ ਕਰ ਰਹੀ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਇਹ ਕਿਉਂ ਹੋ ਰਿਹਾ, ਕਿਉਂਕਿ ਇੰਨਾ ਜ਼ਿਆਦਾ ਸੁਧਾਰ, ਇੰਡੀਆ ਇੱਕ ਨਵਾਂ ਉੱਭਰ ਕੇ ਇੰਡੀਆ ਆ ਰਿਹਾ, ਇੰਡੀਆ ਦੇ ਵਿੱਚ ਬਹੁਤ ਕੁਛ ਨਵਾਂ ਆ ਰਿਹਾ, ਉਹ ਜਿਹੜੀਆਂ ਪਿਛਲੀਆਂ ਸਰਕਾਰਾਂ ਦੀ ਨਾਕਾਮਯਾਬੀਆਂ ਰਹੀਆਂ ਉਹ ਉਹਨਾਂ ਨੂੰ ਛੁਪਾਉਣ ਦੇ ਲਈ ਇਹਨਾਂ ਨੂੰ ਦੰਗਿਆਂ ਦੇ ਵਿੱਚ ਤਬਦੀਲ ਕਰ ਰਹੇ ਆ, ਜਦਕਿ ਇਹ ਬਿਲਕੁਲ ਹੀ ਗਲਤ ਹੈ। ਆਪਣੇ ਇੰਡੀਆ ਨੂੰ ਆਪਣੇ ਹੀ ਲੋਕਾਂ ਨੇ ਮਾਰਿਆ, ਪਹਿਲਾਂ ਵੀ ਇਤਿਹਾਸ ਵੀ ਆਪਾਂ ਚੱਕ ਕੇ ਦੇਖ ਲਈਏ ਜਿੰਨੀਆਂ ਵੀ ਲੜਾਈਆਂ ਹੋਈਆਂ, ਜੰਗਾਂ ਹੋਈਆਂ, ਆਪਣੇ ਹੀ ਲੋਕਾਂ ਨੇ ਧੋਖਾ ਦਿੱਤਾ, ਤਾਂ ਹੀ ਆਪਣੇ ਜਿਹੜੇ ਆ ਇੰਡੀਆ ਦੇ ਲੋਕ ਪਿੱਛੇ ਰਹਿ ਜਾਂਦੇ ਆ। ਜਦਕਿ ਇਹ ਬਿੱਲ ਇੰਡੀਆ ਵਾਸਤੇ ਇੱਕ ਵਰਦਾਨ ਸਾਬਤ ਹੋਏਗਾ, ਜਦੋਂ ਇਹ ਲੋਕਾਂ ਨੂੰ ਪਤਾ ਚੱਲੇਗਾ ਵੀ ਇਹ ਜਿਹੜਾ ਬਿੱਲ ਆ ਵਾਕਈ ਸਾਡੀ ਸੇਫਟੀ ਲਈ ਆ, ਸਾਡੇ ਚਾਹੇ ਉਹ ਮੁਸਲਿਮ ਹੈ, ਹਿੰਦੂ ਹੈ, ਈਸਾਈ ਹੈ, ਸਿੱਖ ਹੈ, ਕੋਈ ਧਰਮ ਦਾ ਇਹਦੇ ਵਿੱਚ ਕੋਈ ਹੈ ਨਹੀਂ ਗਾ, ਇਹਦੇ ਵਿੱਚ ਸਿਰਫ ਅਤੇ ਸਿਰਫ ਲੋਕਾਂ ਦੀ ਸੁਰੱਖਿਆ ਕਰਨਾ ਹੈ ਜੋ ਇੰਡੀਆ ਦੇ ਵਿੱਚ ਰਹਿ ਰਹੇ ਆ, ਜੋ ਇੱਕ ਬਹੁਤ ਹੀ ਭਾਰਤ ਜਿਹੜਾ ਖੂਬਸੂਰਤ ਬਣ ਰਿਹਾ ਹੁਣ ਅੱਗੇ ਵੱਧ ਰਿਹਾ ਉਹਨੂੰ ਇੱਕ ਬਹੁਤ ਹੀ ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ ਬਾਹਰਲੀਆਂ ਤਾਕਤਾਂ ਵੱਲੋਂ, ਕੁਛ ਆਪਣੇ ਪੜੋਸੀ ਦੇਸ਼ ਹੈ ਜੋ ਆਪਾਂ ਨੂੰ ਦੇਖਣੇ, ਅਤੇ ਵਿਰੋਧੀ ਜਿਹੜੀਆਂ ਪਾਰਟੀਆਂ ਉਹ ਉਹਨਾਂ ਦੇ ਨਾਲ ਰਲ ਚੁੱਕੀਆਂ ਜਿਨ੍ਹਾਂ ਨੇ ਉਹਨਾਂ ਦਾ ਸਰਕਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਸਾਨੂੰ ਅਵੇਅਰ ਰਹਿਣਾ ਚਾਹੀਦਾ, ਸਾਨੂੰ ਇਸ ਬਿੱਲ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾ, ਸੁਣ ਲੈਣਾ ਚਾਹੀਦਾ, ਇਹਦੇ ਬਾਰੇ ਅਗਰ ਨਹੀਂ ਜਾਣਕਾਰੀ ਹੈ ਤਾਂ ਇਹਦੇ ਬਾਰੇ ਸਾਨੂੰ ਨਿਊਜ਼ ਚੈਨਲ ਵਗੈਰਾ, ਨਿਊਜ਼ ਪੇਪਰ ਵਗੈਰਾ ਸਾਰੇ ਦੇਖ ਲੈਣੇ ਚਾਹੀਦੇ ਆ ਵੀ ਤਾਂ ਕਿ ਇਹ ਬਿੱਲ ਹੈ ਕੀ। ਬਹੁਤ ਜ਼ਿਆਦਾ 90% ਮੈਂ ਕਹੂੰਗਾ ਵੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਬਿੱਲ ਹੈ ਕੀ। ਤੁਸੀਂ ਕਿਸੇ ਨਾਲ ਵੀ ਗੱਲ ਕਰੋ, ਪੁੱਛੋ ਕਿਸੇ ਨੂੰ ਵੀ ਇਹ ਬਿੱਲ ਕੀ ਆ, ਇਹਦੇ ਵਿੱਚ ਕੀ ਕਿਸੇ ਨੂੰ ਨੁਕਸਾਨ ਹੈ, ਕਿਸੇ ਨੂੰ ਕੀ ਇਹਦੇ 'ਚ ਫਾਇਦਾ, ਕਿਸੇ ਨੂੰ ਕੁਛ ਪਤਾ ਹੀ ਨਹੀਂ ਆ। ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਤੁਸੀਂ ਸਾਰੇ, ਆਪਾਂ ਸਾਰੇ ਇੱਕ ਹੀ ਹਿੰਦੁਸਤਾਨ ਦੇ ਵਾਸੀ ਹਾਂ ਅਤੇ ਆਪਾਂ ਸਾਰੇ ਮਿਲ ਕੇ ਰਹੀਏ। ਪ੍ਰੋਟੈਸਟ ਆਪਾਂ ਕਿਹਦੇ ਵਿਰੁੱਧ ਕਰ ਰਹੇ ਅਤੇ ਦੰਗੇ ਕਿਹਦੇ ਵਿਰੁੱਧ ਕਰ ਰਹੇ, ਆਪਾਂ ਸਾਰੇ ਇੱਕ ਹਾਂ, ਇਸ ਕਰਕੇ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ। ਸੋ ਕਿਤੇ ਨਾ ਕਿਤੇ ਇਹਨਾਂ ਦੀ ਗੱਲ ਜਿਹੜੀ ਹੈਗੀ ਬਹੁਤ ਸਹੀ ਹੈ, ਜਿਹੜੇ ਦਿੱਲੀ ਤੋਂ ਦੂਸਰੇ ਪਰਸਨ ਜਿਹੜੇ ਆਏ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਸਾਨੂੰ ਉਹ ਕਿਸ ਤਰ੍ਹਾਂ ਦੀ ਜਾਣਕਾਰੀ ਦੇਣਾ ਚਾਹੁੰਦੇ ਹੋ। ਸਰ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਇਸ ਪ੍ਰੋਟੈਸਟ ਬਾਰੇ? ਦਾ ਮੇਨ ਥਿੰਗ ਇਜ਼ ਦੈਟ ਦਾ ਪੀਪਲ ਆਰ ਨੋਟ ਅਵੇਅਰ ਵਟ ਇਜ਼ ਗੋਇੰਗ ਔਨ, ਦੇ ਡੋਂਟ ਨੋ ਵਟ ਵਾਜ਼ ਦਾ ਬਿੱਲ ਐਂਡ ਦੇ ਆਰ ਐਂਗੇਜਿੰਗ ਇਨ ਦਾ ਪ੍ਰੋਟੈਸਟ ਵਿਚ ਇਜ਼ ਨੋਟ ਫੇਅਰ, ਵਿਚ ਇਜ਼ ਅਗੇਂਸਟ ਦਾ, ਵਿਚ ਇਜ਼ ਅਨਜਸਟਿਸ ਫੋਰ ਦਾ ਨੋਰਮਲ ਪੀਪਲਸ ਐਂਡ ਦੇ ਆਰ ਫੇਸਿੰਗ ਡਿਫੀਕਲਟੀਜ਼ ਇਨ ਦੇ ਨੋਰਮਲ ਜੋਬਸ। ਸੋ ਆਈ ਐਮ ਆਲਸੋ ਵਨ ਆਫ ਦੈਮ, ਆਈ ਐਮ ਫੇਸਿੰਗ 5 hours jam yesterday in Gurgaon city. So I want to tell the people that please go through the bill and then take any further action. ਤੁਹਾਨੂੰ ਕੀ ਲੱਗਦਾ ਵੀ ਹੁਣ ਜਿਹੜੀ ਪੁਲਿਸ ਜੋ ਉਹਨਾਂ 'ਤੇ ਕਾਰਵਾਈ ਕਰ ਰਹੀ ਹੈ, ਕੀ ਲੱਗਦਾ ਤੁਹਾਨੂੰ ਵੀ ਉਹ ਠੀਕ ਕਰ ਰਹੀ ਹੈ ਜਾਂ ਪੁਲਿਸ ਗਲਤ ਕਰ ਰਹੀ ਹੈ ਜੋ ਉੱਥੇ ਇਸ ਦੰਗੇ ਨੂੰ ਜਿਹੜਾ ਹੈਗਾ ਵਧਾ ਰਹੇ ਹੈ ਜਾਂ ਜੋ ਵੀ ਹੋ ਰਿਹਾ ਤੁਸੀਂ ਉਹਨਾਂ ਦੇ ਕੋਲ, ਤੁਹਾਨੂੰ ਜ਼ਿਆਦਾ ਪਤਾ ਕੀ ਲੱਗ ਰਿਹਾ ਤੁਹਾਨੂੰ ਇਹਦੇ ਬਾਰੇ? ਪੁਲਿਸ ਤਾਂ ਕੋਸ਼ਿਸ਼ ਕਰ ਰਹੀ ਹੈ ਕਿ ਕਮ ਸੇ ਕਮ ਹੋ ਪਾਏ ਇਹ ਪ੍ਰੋਟੈਸਟ, ਬਟ ਕੱਲ੍ਹ ਜੈਸੇ ਕਿ ਵੀਡੀਓਜ਼ ਵਗੈਰਾ ਮੈਂ ਦੇਖੀ ਉਸਕੇ ਹਿਸਾਬ ਸੇ ਪੁਲਿਸ ਵੀ ਨਾਕਾਮ ਰਹੀ ਹੈ ਉਸਕੋ ਸੰਭਾਲਨੇ ਮੇਂ, ਸੋ ਪ੍ਰੋਟੈਸਟਰ ਜ਼ਿਆਦਾ ਹੈਵੀ ਰਹੇ ਹੈ। ਤੋ ਇਹ ਸਾਰੇ ਮੇਰੇ ਹਿਸਾਬ ਸੇ ਇਹ ਪੇਡ ਵਰਕਰਸ ਵੀ ਹੈ, ਇਸਕੇ ਅੰਦਰ ਵਿਰੋਧੀ ਪਾਰਟੀਆਂ ਜੋ ਹੈ ਇਸਕੇ ਅੰਦਰ ਸ਼ਾਮਿਲ ਹੋ ਰਹੀ ਹੈ ਔਰ ਉਸਕਾ ਨੈਗੇਟਿਵ ਇੰਪੈਕਟ, ਉਸਕਾ ਨੈਗੇਟਿਵਿਟੀ ਸੇ ਪੋਜ਼ਿਟਿਵ ਇੰਪੈਕਟ ਲੈ ਰਹੀ ਹੈ ਆਪਣੇ ਲਈ, ਸੋ ਵਿਚ ਇਜ਼ ਨੋਟ ਫੇਵਰੇਬਲ ਫੋਰ ਆਵਰ ਨੇਸ਼ਨ। ਸੋ ਕਿਤੇ ਨਾ ਕਿਤੇ ਇਹਨਾਂ ਦਾ ਇਹੀ ਕਹਿਣਾ ਕਿ ਲੋਕਾਂ ਨੂੰ ਜਿਹੜਾ ਹੈਗਾ ਇਸ ਬਿੱਲ ਨੂੰ ਜਿਹੜਾ ਹੈਗਾ ਬਿਲਕੁਲ ਜਿਹੜਾ ਗੌਰ ਨਾਲ ਦੇਖਣਾ ਚਾਹੀਦਾ ਕਿ ਐਕਚੁਅਲੀ ਹੈ ਕੀ, ਪਰ ਦੂਸਰੀ ਵਿਰੋਧੀ ਧਿਰ ਲੈ ਕੇ ਇਸ ਨੂੰ ਹੋਰ ਜਿਹੜਾ ਹੈਗਾ ਉਹ ਭੜਕਾਊ ਭਾਸ਼ਣ ਅਤੇ ਭੜਕਾਊ ਦੰਗੇ ਜਿਹੜੇ ਕਰਵਾ ਰਹੇ ਆ। ਕੈਮਰਾਮੈਨ ਵਿਨੇ ਦੇ ਨਾਲ ਮੈਂ ਸੁਨੀਲ ਜਿੰਦਲ, ਸਪੋਕਸਮੈਨ TV, ਕੋਟਕਪੁਰਾ।